ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਟਰੈਵਲ ਬਲੌਗਸ ਪੰਜਾਬੀ। ਅਤੇ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਅਲਾਤੂ ਸਕੁਏਅਰ ਬਿਸ਼ਕੇਕ। ਕਿਰਗਿਜ਼ ਭਾਸ਼ਾ ਵਿੱਚ ਅਲਾਤੂ ਦਾ ਮੀਨਿੰਗ ਹੁੰਦਾ ਆ ਦ ਗ੍ਰੇਟ ਮਾਊਂਟੇਨ। ਅਤੇ ਅਲਾਤੂ ਸਕੁਏਅਰ ਦੇ ਸੈਂਟਰ ਵਿੱਚ ਲੱਗਾ ਹੋਇਆ ਮਨਸ ਦਾ ਪੁਤਲਾ। ਮਨਸ ਇੱਥੇ ਦੇ ਮੇਨ ਲੀਡਰ ਸੀਗੇ, ਜਿਨ੍ਹਾਂ ਨੇ ਸਾਰੇ ਕਬੀਲਿਆਂ ਨੂੰ ਇਕੱਠਾ ਕੀਤਾ ਪੁਰਾਣੇ ਜ਼ਮਾਨੇ ਵਿੱਚ। ਜਿੱਦਾਂ ਸਾਡੇ ਇੱਥੇ ਆਪਾਂ ਸ਼੍ਰੀ ਰਾਮ ਦੀ ਪੂਜਾ ਕਰਦੇ ਹਾਂ ਜਾਂ ਕਿਸੇ ਹੋਰ ਮਹਾਨ ਲੀਡਰ ਨੂੰ ਪੂਜਦੇ ਹਾਂ, ਉੱਦਾਂ ਹੀ ਇਹ ਲੋਕ ਮਨਸ ਦੀ ਪੂਜਾ ਕਰਦੇ ਕਹਿ ਲਓ ਜਾਂ ਮਨਸ ਦੀ ਰਿਸਪੈਕਟ ਕਰਦੇ ਆ। ਅਤੇ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਮਨਸ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਹੋਇਆ ਅਤੇ ਇੱਥੇ ਮੇਨ ਉਹਨਾਂ ਦਾ ਪੁਤਲਾ ਲੱਗਿਆ ਹੋਇਆ ਆ। ਅਲਾਤੂ ਸਕੁਏਅਰ ਬਿਸ਼ਕੇਕ ਦੇ ਸੈਂਟਰ ਵਿੱਚ ਹੋਣ ਕਰਕੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਟੂਰਿਸਟ ਅਟਰੈਕਸ਼ਨ ਅਤੇ ਦੇਖਣ ਵਾਲੀਆਂ ਜਗ੍ਹਾ ਆ। ਇਹਦੇ ਨਾਲ ਹੀ ਇੱਥੇ ਦੇ ਮਹਾਨ ਲੀਡਰਾਂ ਦੇ ਸਟੈਚੂ ਲੱਗੇ ਹੋਏ ਆ, ਨਾਲ ਹੀ ਇਹਦੇ ਇੱਕ ਪਾਰਕ ਬਣਿਆ ਹੋਇਆ ਆ ਅਤੇ ਇੱਥੇ ਬਹੁਤ ਸਾਰੇ ਇਹਨਾਂ ਦੇ ਮਹਾਨ ਪੁਰਾਣੇ ਲੀਡਰਾਂ ਦੇ ਸਟੈਚੂ ਲੱਗੇ ਹੋਏ ਆ। ਅਤੇ ਅਸੀਂ ਇੱਥੇ ਕਾਫੀ 2-3 ਘੰਟੇ ਆਰਾਮ ਦੇ ਨਾਲ ਘੁੰਮ ਫਿਰ ਸਕਦੇ ਹਾਂ। ਬਿਸ਼ਕੇਕ ਦੀ ਇੱਕ ਮੈਨੂੰ ਹੋਰ ਬਹੁਤ ਵਧੀਆ ਗੱਲ ਲੱਗੀ ਕਿ ਇੱਥੇ ਹਰੇਕ 2-3 ਕਿਲੋਮੀਟਰ ਬਾਅਦ ਸਾਨੂੰ ਇੱਕ ਵਧੀਆ ਪਾਰਕ ਮਿਲ ਜਾਂਦਾ ਦੇਖਣ ਨੂੰ ਜਾਂ ਬੈਠਣ ਨੂੰ। ਇੱਥੇ ਦੇ ਲੋਕ ਕਾਫੀ ਨੇਚਰ ਨਾਲ ਪਿਆਰ ਕਰਦੇ ਆ ਅਤੇ ਤੁਸੀਂ ਇੱਥੇ ਪਾਰਕ ਦੇ ਵਿੱਚ ਬਹਿ ਸਕਦੇ ਆ ਆਪਣਾ ਸਮਾਂ ਫੈਮਿਲੀ ਨਾਲ ਜਾਂ ਤੁਸੀਂ ਇਕੱਲੇ ਬਹਿ ਕੇ ਬਿਤਾ ਸਕਦੇ ਆ। ਅਤੇ ਇਹਨਾਂ ਪਾਰਕਾਂ ਵਿੱਚ ਇਹਨਾਂ ਨੇ ਆਪਣੇ ਮਹਾਨ ਲੀਡਰਾਂ ਦੇ ਸਟੈਚੂ ਵਗੈਰਾ ਲਾਏ ਹੋਏ ਆ। ਅਤੇ ਪਾਰਕ ਵਿੱਚ ਘੁੰਮਦਿਆਂ ਘੁੰਮਦਿਆਂ ਸਾਨੂੰ ਨਾ ਕੁਛ ਰਸ਼ੀਅਨ ਸਟੂਡੈਂਟ ਮਿਲੇ ਜਿਹੜੇ ਕਿ ਨਾ ਉੱਥੇ ਗਿਟਾਰ ਨਾਲ ਬਹਿ ਕੇ ਕੋਈ ਸੌਂਗ ਗਾ ਰਹੇ ਸੀਗੇ ਤਾਂ ਉਹ ਰਸ਼ੀਅਨ, ਪਰ ਜਿੱਦਾਂ ਗਿਟਾਰ ਦੇ ਨਾਲ ਉਹ ਗਾ ਰਹੇ ਸੀ, ਸਾਨੂੰ ਵਧੀਆ ਲੱਗਾ ਅਤੇ ਮੈਂ ਤੁਹਾਡੇ ਲਈ ਰਿਕਾਰਡ ਕੀਤਾ ਅਤੇ ਤੁਸੀਂ ਪਲੀਜ਼ ਸੁਣੋ। ਅਤੇ ਪਲੀਜ਼ ਮੇਰੇ ਆਉਣ ਵਾਲੇ ਵੀਡੀਓ ਨੂੰ ਰਿਸਪੋਂਸ ਦਿਓ ਤਾਂ ਜੋ ਮੈਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾ ਸਕਾਂ। ਥੈਂਕ ਯੂ। Yaralansa da gamdan keyin bu kürüktü ezdin ay.